ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੁਲੇ ਦੌਰਿਓ ਫਿਰਤ ਹੈ ਸਰੀਰ ਮਿੱਟੀ ਦਾ ਪੈਦਾ ਹੋਇਆ ਦੇਖਦਾ ਸੁਣਦਾ ਬੋਲਦਾ ਉਹ ਉਹਦੇ ਕਾਰਨ ਹੈ ਜੋ ਅੰਦਰ ਇਹਦੇ ਤਾਕਤ ਹੈ ਜਿਰ ਘਟ ਘਟ ਰਹੇ ਹੋ ਸਮਾਈ ਰਹੇ ਇਹ ਸ਼ਬਦ ਮਨੁੱਖ ਦੇ ਹੰਕਾਰ ਨੂੰ ਤੋੜਨ ਦੇ ਲਈ ਲਿਖਿਆ ਗਿਆ ਉਹਦੇ ਗਿਆਨ ਦੇ ਵਿੱਚ ਆਪਣੇ ਆਪ ਨੂੰ ਰੰਗ ਲਵੇ ਫਿਰ ਫਿਰ ਉਹ ਕਿੱਥੇ ਜਾਊ ਫਿਰ ਇਹ ਪੱਕਾ ਹੈ ਕਿ ਉਹਦੇ ਚਰਨਾ ਵਿੱਚ ਚਲਿਆ ਜਾਊਗਾ ਉਹ ਜਿਸ ਬੇਗਮਪੁਰੇ ਦਾ ਵਾਸੀ ਸਤਗੁਰੂ ਰਵਦਾਸ ਜੀ ਨੇ ਉਸੇ ਹੀ ਬੇਗਮਪੁਰੇ ਦਾ ਇਹ ਵੀ ਵਾਸੀ ਹੋ ਜਾਊਗਾ ਅਸੀਂ ਜਿੰਨਾ ਚਿਰ ਨੌਜਵਾਨ ਪੀੜੀ ਨੂੰ ਗੁਰਬਾਣੀ ਨਾਲ ਨਹੀਂ ਜੋੜਦੇ ਗੁਰਬਾਣੀ ਦੇ ਗਿਆਨ ਨਾਲ ਨਹੀਂ ਜੋੜਦੇ ਉਪਦੇਸ਼ ਦੇ ਨਾਲ ਨਹੀਂ ਜੋੜਦੇ ਸਿੱਖਿਆ ਨਾਲ ਨਹੀਂ ਜੋੜਦੇ ਉਨਾ ਚਿਰ ਦੁਨੀਆ ਦੇ ਵਿੱਚ ਉਹ ਨਸ਼ਾ ਖਤਮ ਨਹੀਂ ਹੋ ਸਕਦਾ ਚੱਲਦਾ ਰਹੂਗਾ ਗੁਰਦੁਆਰੇ ਕਿੰਨੇ ਅਸੀਂ ਪੈਸੇ ਖਰਚ ਦਿੰਨੇ ਆ ਵੱਡੇ ਵੱਡੀਆਂ ਇਮਾਰਤਾਂ ਬਣਾਉਨੇ ਆ ਸੋਨੇ ਦੇ ਕਲਸ ਲਾ ਦਿੰਨੇ ਆ ਵੱਡੇ ਵੱਡੇ ਗੁੰਬਦ ਲਾ ਦਿੰਨੇ ਆ ਲੇਕਿਨ ਇੱਕ ਲਾਇਬ੍ਰੇਰੀ ਨਹੀਂ ਖੋਲ ਸਕਦੇ ਹੈਗੇ ਲਾਇਬ੍ਰੇਰੀ ਕਿਤੇ ਵੀ ਨਹੀਂ ਹੈ ਜਦੋਂ ਕਿ ਲਾਇਬ੍ਰੇਰੀਆਂ ਜੇ ਹੋਣ ਪਿੰਡਾਂ ਦੇ ਵਿੱਚ ਬੱਚੇ ਉੱਥੇ ਜਾ ਕੇ ਪੜਨ ਅਖਬਾਰ ਰੱਖੇ ਆਉਣ ਉਥੇ ਰਜਾਨਾ ਹੋਰ ਜੋ ਰਸਾਲੇ ਜਾਂ ਹੋਰ ਕਿਤਾਬਾਂ ਜਿਹੜੀਆਂ ਸਾਨੂੰ ਗੁਰੂ ਦੇ ਗਿਆਨ ਦੇ ਨਾਲ ਜੋੜਨ ਸਾਡੇ ਅੰਦਰ ਗਿਆਨ ਪੈਦਾ ਗਿਆਨ ਦਾ ਚਸਕਾ ਪੈਦਾ ਕਰਨ ਤਾਂ ਬਾਕੀ ਚਸਕੇ ਤਾਂ ਆਪਣੇ ਆਪ ਖਤਮ ਹੋ ਜਾਣਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਤਕਾਰਯੋਗ ਗੁਰੂ ਰੂਪ 사ਤਸੰਗਤ ਜੀ ਉਹ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਅਰਦਾਸ ਜਮਾਲਪੁਰ ਅਬਾਣਾ ਚੰਡੀਗੜ੍ਹ ਰੋਡ ਵਿਖੇ ਸਤਗੁਰੂ ਅਰਦਾਸ ਜੀ ਮਹਾਰਾਜ ਜੀ ਦੇ 40 ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਸੋ ਆਓ ਆਪਾਂ ਜੋ ਅੱਜ ਦਾ ਸ਼ਬਦ ਹੈ ਉਹਦਾ ਪਹਿਲਾਂ ਪਾਠ ਕਰੀਏ ਤੇ ਫਿਰ ਉਹਦੀ ਵਿਚਾਰ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਦੇਖੇ ਦੇਖੇ ਸੁਨੇ ਬੁਲੇ ਦੌਰਿਓ ਫਿਰਤ ਹੈ ਰਹਾਉ ਜਬ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਮਨ ਬਾਤਿ ਕਰਮ ਰਸ कसे ਲਬਾਨਾ ਬਿਨਸ ਗਿਆ ਜਾਏ ਕਹੂੰ ਸਮਾਨਾ ਕਹਿ ਰਵਿਦਾਸ ਬਾਜੀ ਜਗ ਪਾਈ ਬਾਜੀ ਗਰਸੋਂ ਮੋਹੇ ਪ੍ਰੀਤ ਬਨ ਆਈ ਕਹਿ ਰਵਿਦਾਸ ਬਾਜੀ ਜਗ ਪਾਈ ਬਾਜੀ ਗਰਸੋਂ ਮੋਹੇ ਪ੍ਰੀਤ ਬਨ ਆਈ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਨੇ ਆਸਾ ਰੱਖਦੇ ਵਿੱਚ ਜੋ ਅੱਜ ਦਾ ਸ਼ਬਦ ਹੈ ਉਹਦਾ ਪਾਠ ਸਰਵਣ ਕੀਤਾ ਹੈ ਆਓ ਆਪਾਂ ਹੁਣ ਸਾਰੇ ਰਲ ਮਿਲ ਕੇ ਉਹਦੀ ਵਿਚਾਰ ਕਰੀਏ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖ ਹੈ ਦੇਖ ਹੈ ਸੁਣ ਹੈ ਬੁਲੈ ਦੌਰੇ ਉਹ ਫਿਰਤ ਹੈ ਰਹਾਉ ਮਾਟੀ ਕੋ ਪੁਤਰਾ ਕੈਸੇ ਨਚਤ ਹੈ ਪੁਤਲਾ ਪੁਤਰਾ ਤੋਂ ਭਾਵ ਹੈ ਪੁਤਲਾ ਆ ਜੋ ਸਾਡੇ ਸਰੀਰ ਹਨ ਇਹ ਕੀ ਨੇ ਇਹ ਮਿੱਟੀ ਦੇ ਪੁਤਲੇ ਨੇ ਸਤਿਗੁਰੂ ਵਾਸ ਜੀ ਮਹਾਰਾਜ ਕਹਿੰਦੇ ਹਨ ਕਿ ਇਹਨਾਂ ਦਾ ਇੰਨਾ ਮਾਨ ਨਾ ਕਰਿਆ ਕਰੋ ਇਹਦਾ ਇੰਨਾ ਹੰਕਾਰ ਨਾ ਕਰੋ ਇਹ ਆ ਜੋ ਸਾਡਾ ਸਰੀਰ ਹੈ ਇਹਦਾ ਬਹੁਤਾ ਮਾਣ ਨਾ ਕਰੋ ਬੇਮਾਨ ਨਾ ਕਰੋ ਕਿਉਂਕਿ ਇਹ ਤਾਂ ਮਿੱਟੀ ਦਾ ਪੁੱਤਲਾ ਹੈ ਮਿੱਟੀ ਦਾ ਪੁੱਤਲਾ ਕਿਵੇਂ ਹੈ ਕਿਉਂਕਿ ਇਹ ਜੋ ਸਾਡਾ ਹੱਡ ਮਾਸ ਦਾ ਜੋ ਢਾਂਚਾ ਹੈ ਜੋ ਸਰੀਰ ਹੈ ਇਹ ਬਣਿਆ ਕਿਵੇਂ ਹੈ ਨਿਰਮਿਤ ਕਿਵੇਂ ਹੋਇਆ ਹੈ ਕਿਉਂਕਿ ਅਸੀਂ ਅਨਾਜ ਖਾਣੇ ਆ ਫਲ ਫਰੂਟ ਖਾਣੇ ਆ ਸਬਜ਼ੀਆਂ ਖਾਣੇ ਆ ਦੁੱਧ ਪੀਣੇ ਆ ਜਿੰਨੀਆਂ ਵੀ ਅਸੀਂ ਜੋ ਸਾਡੀ ਖੁਰਾਕ ਹੈ ਜਿੰਨੀ ਵੀ ਜੋ ਅਸੀਂ ਖਾਣੇ ਆ ਇਹ ਜਿੰਨੇ ਵੀ ਪਦਾਰਥ ਨੇ ਇਹ ਜਿੰਨੀਆਂ ਵੀ ਵਸਤੂਆਂ ਨੇ ਇਹ ਮਿੱਟੀ ਵਿੱਚੋਂ ਪੈਦਾ ਹੁੰਦੀਆਂ ਨੇ ਆ ਸਾਡਾ ਜੋ ਸਰੀਰ ਬਣਿਆ ਹੈ ਨਾ ਅਸਲ ਵਿੱਚ ਜੋ ਇਹ ਜੇ ਅਸੀਂ ਕੁਝ ਖਾਣੇ ਆ ਜਿਹੜੀ ਖੁਰਾਕ ਅਸੀਂ ਖਾਣੇ ਆ ਜਿੰਨੀਆਂ ਵੀ ਚੀਜ਼ਾਂ ਖਾਣੇ ਆ ਇਹ ਪੈਦਾ ਮਿੱਟੀ ਵਿੱਚੋਂ ਹੁੰਦੀਆਂ ਨੇ ਤੋ ਇਸ ਕਰਕੇ ਸਤਿਗੁਰੂ ਬਦਾਸ ਜੀ ਮਹਾਰਾਜ ਕਹਿੰਦੇ ਨੇ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਇਹ ਮਿੱਟੀ ਦਾ ਪਤਲਾ ਦੇਖ ਕਿਵੇਂ ਭੱਜਿਆ ਨੱਠਿਆ ਫਿਰਦਾ ਨੱਚਦਾ ਟੱਪਦਾ ਫਿਰਦਾ ਕਿਉਂਕਿ ਜੋ ਅਸੀਂ ਖਾਂਦੇ ਆ ਉਹਦਾ ਹੱਡ ਬਣਦੀ ਹੱਡੀਆਂ ਬਣਦੀਆਂ ਨੇ ਉਹਦਾ ਮਾਸ ਬਣਦਾ ਉਹਦਾ ਖੂਨ ਬਣਦਾ ਉਹਦੀ ਮਿੱਝ ਬਣਦੀ ਹੈ ਸਾਰਾ ਸਰੀਰ ਬਣਦਾ ਹੈ ਲਈ ਕਿ ਨਾ ਇਹ ਸਾਰਾ ਕੁਝ ਪੈਦਾ ਕਿੱਥੋਂ ਹੁੰਦਾ ਮਿੱਟੀ ਦੇ ਵਿੱਚੋਂ ਸਬਜ਼ੀਆਂ ਨੇ ਉਹ ਮਿੱਟੀ ਚੋਂ ਪੈਦਾ ਹੁੰਦੀਆਂ ਅਨਾਜ ਹੈ ਜੋ ਅਸੀਂ ਚਾਹੇ ਕਣਕ ਮੱਕੀ ਜੋ ਵੀ ਖਾਂਦੇ ਆ ਇਹ ਮਿੱਟੀ ਦੇ ਵਿੱਚੋਂ ਪੈਦਾ ਹੁੰਦਾ ਹੈ ਜੇ ਦੁੱਧ ਪੀਨੇ ਆ ਉਹ ਵੀ ਜੋ ਗਾਵਾਂ ਮੱਝਾਂ ਨੇ ਉਹ ਜੋ ਪੱਠੇ ਖਾਂਦੀਆਂ ਉਹ ਵੀ ਮਿੱਟੀ ਚੋਂ ਪੈਦਾ ਹੁੰਦੇ ਨੇ ਜੋ ਸਾਰਾ ਕੁਝ ਰੜਾਮ ਵਾਲਾ ਕਿ ਜੇ ਅਸੀਂ ਗੁਪੀਰਤਾ ਦੇ ਨਾਲ ਸੋਚੀਏ ਅਸਲ ਵਿੱਚ ਮਿੱਟੀ ਦਾ ਹੀ ਟਾਂਚਾ ਖੜਾ ਹੋਇਆ ਹੋਇਆ ਮਾਟੀ ਕੋ ਪੁੱਤਰਾ ਮਿੱਟੀ ਦਾ ਪੁਤਲਾ ਕੈਸੇ ਨੱਚਤ ਹੈ ਹੈ ਇਹ ਮਿੱਟੀ ਦਾ ਆਪਾਂ ਸਭ ਤੋਂ ਕੀ ਕਹਿੰਦੇ ਨੇ ਮਿੱਟੀ ਨੂੰ ਥੱਲੇ ਗਿਣਦੇ ਹਾਂ ਮਿੱਟੀ ਅਗਲਾ ਕਹਿੰਦਾ ਕਹੀ ਆ ਤੂੰ ਮਿੱਟੀ ਆ ਤੋ ਇਸ ਕਰਕੇ ਸਤਗੁਰੂ ਉਦਾਸ ਜੀ ਮਹਾਰਾਜ ਜੀ ਨੇ ਕਿਹਾ ਵੀ ਤੂੰ ਐਨਾ ਹੰਕਾਰ ਨਾ ਕਰ ਤੂੰ ਤਾਂ ਮਿੱਟੀ ਦਾ ਪੁਤਲਾ ਕੋਈ ਕਹੇ ਮਿੱਟੀ ਚੋਂ ਹੀ ਤੂੰ ਖਰਾਕ ਲਈ ਆ ਵਸਤੂਆਂ ਖਾਧੀਆਂ ਨੇ ਅਨਾਜ ਖਾਦਾ ਤੇ ਕਿਉਂਕਿ ਇਹ ਵੱਖਰੀ ਗੱਲ ਆ ਕਿ ਉਹ ਸਿੱਧੀ ਮਿੱਟੀ ਖਾ ਨਹੀਂ ਸਕਦਾ ਕਿਉਂਕਿ ਉਹਨੇ ਇੱਕ ਐਸਾ ਸਿਸਟਮ ਬਣਾਇਆ ਹੈ ਅਸੀਂ ਸਿੱਧੀ ਮਿੱਟੀ ਨਹੀਂ ਖਾ ਸਕਦੇ ਲੇਕਿਨ ਇਸ ਤਰੀਕੇ ਨਾਲ ਅਨਾਜ ਦੇ ਰੂਪ ਵਿੱਚ ਦੁੱਧ ਦੇ ਰੂਪ ਵਿੱਚ ਫਲ ਦੇ ਰੂਪ ਵਿੱਚ ਸਬਜ਼ੀਆਂ ਦੇ ਰੂਪ ਵਿੱਚ ਅਸੀਂ ਖਾ ਮਿੱਟੀ ਹੋਈ ਰਹੇ ਹਾਂ ਉਹ ਮਿੱਟੀ ਦਾ ਦੂਜਾ ਰੂਪ ਹੈ ਤੋ ਇਸ ਕਰਕੇ ਕੁੱਲ ਮਿਲਾ ਕੇ ਇਹ ਜਿਹੜਾ ਤਾਂ ਚੰਨ ਮਿਰਤ ਹੁੰਦਾ ਹੈ ਹੁੰਦਾ ਹੈ ਜਿਹੜਾ ਬਣਦਾ ਹੈ ਇਹ ਮਿੱਟੀ ਦਾ ਪੁਤਲਾ ਹੀ ਹੈ ਮਾਟੀ ਕੋ ਪੁਤਰਾ ਕੈਸੇ ਨੱਚਤ ਹੈ ਹਏ ਮਿੱਟੀ ਦਾ ਪੁਤਲਾ ਪਰ ਕਿੰਨਾ ਮਾਣ ਭਮਾਨ ਕਰਦਾ ਨੱਚਦਾ ਟੱਪਦਾ ਫਿਰਦਾ ਭੰਗੜੇ ਪਾਉਂਦਾ ਫਿਰਦਾ ਡੀਜਿਆਂ ਦੇ ਮੂਹਰੇ ਨੱਚਦਾ ਮਿੱਟੀ ਦਾ ਪੁਤਲਾ ਦੇਖੇ ਦੇਖੇ ਸੁਣੇ ਬੋਲੇ ਦੌਰੇ ਉਹ ਫਿਰਤ ਹੈ ਰਹਾਓ ਹਏ ਮਿੱਟੀ ਦਾ ਪੁਤਲਾ ਪੜ੍ਹੇ ਦੇਖਦਾ ਵੀ ਆ ਸੁਣਦਾ ਵੀ ਆ ਬੋਲਦਾ ਵੀ ਆ ਤੁਰਦਾ ਫਿਰਦਾ ਵੀ ਆ ਦੇਖੈ ਦੇਖੈ ਸੁਣੈ ਬੋਲੇ ਦੌਰਿ ਉਹ ਫਿਰਤ ਹੈ ਰਹਾਉ ਪਰ ਇਹ ਤੁਰਦਾ ਫਿਰਦਾ ਇਹ ਦੇਖਦਾ ਇਹ ਸੁਣਦਾ ਇਹ ਬੋਲਦਾ ਫਰਕ ਇੰਨ੍ਹਾ ਜੇ ਇਹ ਚੀਜ਼ਾਂ ਵਿੱਚੋਂ ਕਿਉਂਕਿ ਜੋ ਚੀਜ਼ ਇਹਦੇ ਵਿੱਚ ਬੋਲਦੀ ਆ ਜੋ ਜਿਸ ਨੇ ਇਹਨੂੰ ਚਲਾਇਆ ਬਾਨ ਰੱਖਿਆ ਜੋ ਚੀਜ਼ ਇਸ ਦੇ ਵਿੱਚ ਇਹਨੂੰ ਤੋਰਦੀ ਆ ਇਹ ਇਹ ਜਿਸ ਦੇ ਕਾਰਨ ਦੇਖਦਾ ਜਿਸ ਦੇ ਕਾਰਨ ਸੁਣਦਾ ਬੋਲਦਾ ਜੇ ਉਹ ਦੇ ਵਿੱਚੋਂ ਨਿਕਲ ਜਾਵੇ ਤਾਂ ਮੇ ਮਿੱਟੀ ਆ ਸਿਰਫ ਉਹਦੇ ਕਾਰਨ ਦੀ ਕੀਮਤਾ ਇਹਦਾ ਆਪਣਾ ਇਹਦੇ ਵਿੱਚ ਕੁਝ ਵੀ ਨਹੀਂ ਹੈ ਸਰੀਰ ਮਿੱਟੀ ਦਾ ਪੈਦਾ ਹੋਇਆ ਦੇਖਦਾ ਸੁਣਦਾ ਬੋਲਦਾ ਉਹ ਉਹਦੇ ਕਾਰਨ ਆ ਜੋ ਅੰਦਰ ਇਹਦੇ ਤਾਕਤ ਹੈ ਜਿਨ ਘਟ ਘਟ ਰਹੇ ਸਮਾਈ ਰਹੇ ਤੋ ਇਸ ਕਰਕੇ ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਸ਼ਬਦ ਮਨੁੱਖ ਦੇ ਹੰਕਾਰ ਨੂੰ ਤੋੜਨ ਦੇ ਲਈ ਲਿਖਿਆ ਗਿਆ ਸਤਿਗੁਰੂ ਦਾਸ ਜੀ ਮਹਾਰਾਜ ਦੇ ਵੱਲੋਂ ਕਿਉਂਕਿ ਜਿਹੜੇ ਕੇਵਲ ਤੇ ਕੇਵਲ ਆਪਣੇ ਸਰੀਰ ਦਾ ਹੀ ਬੜਾ ਹੰਕਾਰ ਕਰੀ ਜਾਂਦੇ ਨੇ ਮਾਣ ਕਰੀ ਜਾਂਦੇ ਨੇ ਵੀ ਮੇਰੇ ਵਰਗਾ ਕੋਈ ਸੋਹਣਾ ਨਹੀਂ ਮੇਰੇ ਵਰਗਾ ਕੋਈ ਤਕੜਾ ਨਹੀਂ ਮੇਰੇ ਵਰਗਾ ਕੋਈ ਜਵਾਨ ਨਹੀਂ ਹੈ ਪਰ ਸਤਿਗੁਰੂ ਦਾ ਜੀ ਮਹਾਰਾ ਨੇ ਤੂੰ ਤੂੰ ਕੁਛ ਵੀ ਆ ਹੈ ਤੂੰ ਮਿੱਟੀ ਦਾ ਹੀ ਪਤਲਾ ਕਿਉਂਕਿ ਤੂੰ ਮਿੱਟੀ ਖਾ ਖਾ ਕੇ ਮਿੱਟੀ ਵਿੱਚੋਂ ਪੈਦਾ ਹੋਈਆਂ ਚੀਜ਼ਾਂ ਖਾ ਖਾ ਕੇ ਹੀ ਇਹ ਤੇਰਾ ਸਾਰਾ ਕੁਝ ਬਣਿਆ ਹੈ ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ ਰਹਾਉ ਜਦ ਕਛ ਪਾਵੇ ਤਦ ਗਰਭ ਕਰਤ ਹੈ ਮਾਇਆ ਗਈ ਤਦ ਰੂਪਨ ਲਗਤ ਹੈ ਕਿਉਂਕਿ ਪਤਲਾ ਇਹ ਇਹਦੇ ਆਪਣੇ ਹੱਥ ਵਿੱਚ ਕੁਛ ਨਹੀਂ ਹੈ ਜਿਵੇਂ ਕੱਟ ਪੁਤਲੀ ਹੁੰਦੀ ਹੈ ਨਾ ਉਂਗਲਾਂ ਦੇ ਨਾਲ ਉਹ ਚਲਾਈਆਂ ਜਾਂਦੀਆਂ ਨੇ ਤੋ ਇਹਦੇ ਆਪਣੇ ਹੱਥ ਵਿੱਚ ਕੁਝ ਨਹੀਂ ਜਦ ਕਛ ਪਾਵੇ ਤਬ ਗਰਭ ਕਰਤ ਹੈ ਇਹ ਮਿੱਟੀ ਦਾ ਪੁਤਲਾ ਜਦੋਂ ਚਾਰ ਪੈਸੇ ਕੋਲੇ ਆ ਗਏ ਫਿਰ ਹੰਕਾਰ ਕਰਦਾ ਵੀ ਮੈਂ ਬੜਾ ਮੀਰ ਹਾਂ ਮੇਰੇ ਵਰਗਾ ਕੋਈ ਨਹੀਂ ਮੈਂ ਜੇ ਕਰ ਦੂੰ ਮੈਂ ਉਹ ਕਰ ਦੂੰ ਜਦ ਕਛ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਣ ਲੱਗਤ ਹੈ ਤੇ ਉਹੀ ਮਾਇਆ ਜੇ ਚਲੀ ਜਾਵੇ ਫਿਰ ਹੋਂ ਵੀ ਲੱਗ ਜਾਂਦਾ ਕਿਉਂ ਕਿ ਕਿ ਮਿੱਟੀ ਦਾ ਪਤਲਾ ਮਿੱਟੀ ਦਾ ਪਤਲਾ ਜਦ ਇਹਨੂੰ ਕੁਝ ਮਿਲ ਜਾਂਦਾ ਚਾਰ ਪੈਸੇ ਆ ਗਏ ਕੋ ਹੋਰ ਪਦਾਰਥ ਆ ਗਏ ਤੇ ਫਿਰ ਇਹਦੇ ਹੰਕਾਰ ਦਾ ਕੋਈ ਟਿਕਾਣਾ ਨਹੀਂ ਇਹ ਹੰਕਾਰ ਕਰਦਾ ਗਰਭ ਕਰਦਾ ਚੌੜੀ ਛਾਤੀ ਕਰ ਕਰਕੇ ਤੁਰਦਾ ਵੀ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਮੇਰੇ ਵਰਗਾ ਕੋਈ ਵੀ ਨਹੀਂ ਹੈ ਪਰ ਉਹੀ ਜਦੋਂ ਉਹਦੇ ਕੋਲੋਂ ਇਹ ਚੀਜ਼ਾਂ ਖੁੱਸ ਜਾਂਦੀਆਂ ਮਾਇਆ ਚਲੀ ਜਾਂਦੀ ਹੈ ਹੋਰ ਸਾਰਾ ਕੁਝ ਚਲਿਆ ਜਾਂਦਾ ਫਿਰ ਰੋਵਣ ਲੱਗਦਾ ਹੈ ਕਿਉਂ ਕਿ ਕਿਉਂਕਿ ਮਿੱਟੀ ਦਾ ਪਤਲਾ ਹੈ ਮਾਇਆ ਗਈ ਤਬ ਰੋਵਣ ਲੱਗਤ ਹੈ ਤੂੰ ਵੈਸੇ ਇਹ ਮਿੱਟੀ ਦਾ ਪਤਲਾ ਹੀ ਹੈ ਜਦੋਂ ਕੁਝ ਮਿਲ ਜਾਂਦਾ ਤਾਂ ਹੰਕਾਰ ਕਰਦਾ ਜਦੋਂ ਕੁਝ ਚਲਿਆ ਜਾਂਦਾ ਤਾਂ ਰੋਵਣ ਲੱਗਤ ਹੈ ਇਹਦੀ ਕੀਮਤ ਇਸ ਕਰਕੇ ਆ ਕਿਉਂਕਿ ਇਹਦੇ ਅੰਦਰ ਉਹ ਉਹ ਜੋ ਕਣ ਹੈ ਜੋ ਉਸ ਕਾਲਪੁਰਖ ਵਹਿਗਰੂ ਪਰਮੇਸ਼ਰ ਦਾ ਬੈਠਾ ਹੈ ਇਹਦੇ ਵਿੱਚ ਉਹਦੇ ਕਾਰਨ ਦੀ ਕੀਮਤ ਆ ਨਹੀਂ ਇਹ ਮਿੱਟੀ ਦਾ ਪਤਲਾ ਹੈ ਮੰਤੂ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਇਹਦੇ ਅੰਦਰ ਉਹ ਜਿਹੜੀ ਪਾਵਰ ਹੈ ਜੋ ਸ਼ਕਤੀ ਕੰਮ ਕਰਦੀ ਹੈ ਜਿਹੜੀ ਨੂੰ ਤੋੜਦੀ ਆ ਫੇਰਦੀ ਆ ਜਿਹਦੇ ਕਾਰਨ ਇਹ ਬੋਲਦਾ ਚੱਲਦਾ ਉਹਦੇ ਕਾਰਨ ਇਹਦੀ ਇਹਦੀ ਵੈਲਿਊ ਆ ਇਹਦੀ ਤਾਕਤ ਆ ਅਹਿਮੀਅਤ ਆ ਨਹੀਂ ਤਾਂ ਹੈ ਮਿੱਟੀ ਦਾ ਪੁਤਲਾ ਮਾਟੀ ਕੋ ਪੁਤਰਾ ਕੈਸੇ ਨਚਤ ਹੈ ਮਨ ਬਚ ਕਰਮ ਰਸ ਕਸੇ ਲੁਭਾਨਾ ਬੈਨ ਸਗਿਆ ਜਾਏ ਕਹੂ ਸਮਾਨਾ ਇਹ ਆਪਣੇ ਮਨ ਕਰਕੇ ਬਚਨਾ ਕਰਕੇ ਕੰਮਾ ਕਾਰਾਂ ਕਰਕੇ ਇਹ ਰਸਾਂ ਕਸਾਂ ਦੇ ਵਿੱਚ ਉਲਝਿਆ ਹੋਇਆ ਹੈ ਖਾਣ ਪੀਣ ਦੇ ਚੱਕਰਾਂ ਦੇ ਵਿੱਚ ਬੋਲਣ ਦੇ ਚੱਕਰਾਂ ਵਿੱਚ ਆਪਣੇ ਕਰਮਾਂ ਦੇ ਕਾਰਨ ਇਹ ਜਿਹੜਾ ਮਿੱਟੀ ਦਾ ਪੁਤਲਾ ਇਹ ਉਲਝਿਆ ਪਿਆ ਹੈ ਉਹਨਾਂ ਦੇ ਵਿੱਚ ਫਸਿਆ ਪਿਆ ਹੈ ਉਸ ਜਾਲ ਦੇ ਵਿੱਚ ਰਸ ਰਸਾਂ ਦੇ ਵਿੱਚ ਨਸ਼ੇ ਕਰਨੇ ਸ਼ਰਾਬ ਦਾ ਨਸ਼ਾ ਹੋਰ अनेका ਪ੍ਰਕਾਰ ਦੇ ਨਸ਼ੇ ਉਹਨਾਂ ਦੇ ਵਿੱਚ ਲੁਭਾਇਆ ਪਿਆ ਹੈ ਫਸਿਆ ਪਿਆ ਹੈ ਮਨ ਬਚ ਕਰਮ ਰਸ कसे ਲਭਾਨਾ ਬੈਨਸ ਗਿਆ ਜਾਇ ਕਹੂੰ ਸਮਾਨਾ ਜੇ ਤਾਂ ਇਹ ਇਥੋਂ ਤੱਕ ਹੀ ਸੋਚਦਾ ਸਿਰਫ ਬਈ ਖਾ ਲਿਆ ਪੀ ਲਿਆ ਹੰਡਾ ਲਿਆ ਮੰਦੇ ਬੋਲ ਬੋਲ ਲੈ ਮਨ ਬਚ ਮਨ ਦੇ ਰਾਹੀਂ ਬੋਲ ਭੈੜੇ ਬੋਲ ਚੰਗੀ ਚੰਗੀ ਬੋਲੀ ਨਾ ਬੋਲੀ ਆਪਣੇ ਕੰਮਾਂ ਦੇ ਕਰਕੇ ਮਾੜੇ ਕੰਮਾਂ ਦੇ ਕਰਕੇ ਆਪਣੇ ਰਸਾਂ ਕਸਾਂ ਦੇ ਕਰਕੇ ਨਸ਼ਿਆਂ ਦੇ ਕਰਕੇ ਖਾਣ ਪੀਣ ਦੇ ਕਰਕੇ ਜੇ ਤਾਂ ਇਥੇ ਤੱਕ ਹੀ ਸੀਮਤ ਆ। ਫੇਰ ਜਦੋਂ ਕਿਉਂਕਿ ਇੱਕ ਦਿਨ ਇਸ ਸਰੀਰ ਨੇ ਬਿੰਸ ਜਾਣਾ ਹੈ। ਆ ਜੋ ਸਰੀਰ ਹੈ ਜਿਹੜਾ ਮਿੱਟੀ ਦਾ ਪੁਤਲਾ ਜਿਹੜਾ ਮਿੱਟੀ ਦੇ ਵਿੱਚੋਂ ਪਦਾਰਥ ਪੈਦਾ ਹੋਏ ਪਦਾਰਥ ਖਾ-ਖਾ ਕੇ ਬਣਿਆ ਹੈ ਇਹ ਹਮੇਸ਼ਾ ਤਾਂ ਰਹਿਣਾ ਨਹੀਂ ਹੈਗਾ। ਸਤਿਗੁਰੂ ਦਾਸ ਜੀ ਮਹਾਰਾਜ ਕਹਿੰਦੇ ਨੇ ਬਿੰਸ ਗਿਆ ਜਾਏ ਕਹੂੰ ਸਮਾਨਾ ਇਹੇ ਪੁਤਲਾ ਭੁੱਲਿਆ ਫਿਰਦਾ ਕਿ ਇਹਨੇ ਇਹ ਇਹ ਜਿਹੜਾ ਸਰੀਰ ਹੈ ਇੱਕ ਦਿਨ ਖਤਮ ਵੀ ਹੋ ਜਾਣਾ ਕਿਉਂਕਿ ਅਸੀਂ ਉਮਰ ਹੁੰਦਾ ਆ ਕੇ ਬੁਢਾ ਹੋ ਕੇ ਇੱਕ ਦਿਨ ਸਰੀਰ ਖੜ ਜਾਂਦਾ ਖਤਮ ਹੋ ਜਾਂਦਾ ਹੈ ਤੇ ਜੇਕਰ ਅਸੀਂ ਇਹਨੂੰ ਸਿਰਫ ਰਸਾਂ ਕਸਾਂ ਦੇ ਵਿੱਚ ਉਲਝਾ ਕੇ ਰੱਖਿਆ ਸਿਰਫ ਖਾਣ ਪੀਣ ਦੇ ਚੱਕਰਾਂ 'ਚ ਪਏ ਰਹੇ ਫੇਰ ਇਹਦਾ ਇਹਨੇ ਜਦੋਂ ਬਿੰਸ ਜਾਣਾ ਹੈ ਇਹਦਾ ਕੋਈ ਪਤਾ ਨਹੀਂ ਕਿੱਥੇ ਚੱਲਿਆ ਜਾਣਾ ਹੈ ਬਿੰਸ ਗਿਆ ਜਾਏ ਕਹੂੰ ਸਮਾਨਾ ਕਿਉਂਕਿ ਇਹਨੇ ਇਸ ਜੀਵਨ ਦੇ ਵਿੱਚ ਰਹਿੰਦੇ ਹੋਏ ਕੇਵਲ ਤੇ ਕੇਵਲ ਆਪਣੇ ਸਰੀਰ ਵੱਲ ਹੀ ਧਿਆਨ ਦਿੱਤਾ ਉਹਦਾ ਹੀ ਹੰਕਾਰ ਕੀਤਾ ਉਹਨੂੰ ਹੀ ਪਾਲਿਆ ਹੈ ਤੋ ਇਸ ਕਰਕੇ ਇਹਨੂੰ ਇਹ ਪਤਾ ਨਹੀਂ ਕਿ ਇਹ ਤਾਂ ਕਿਸੇ ਦਿਨ ਰਹਿਣਾ ਵੀ ਨਹੀਂ ਹੈ ਅਗਲੀ ਕੋਈ ਉਹਨੇ ਸੋਚ ਵਿਚਾਰ ਨਹੀਂ ਕੀਤੀ ਬੈਲਸ ਗਿਆ ਜਾਏ ਕਹੂ ਸਮਾਨਾ ਜਦੋਂ ਕਿ ਉਹਨੂੰ ਚਾਹੀਦਾ ਇਹ ਸੀ ਕਿ ਇਸ ਮਿਲੇ ਹੋਏ ਸਰੀਰ ਦੇ ਵਿੱਚ ਰਹਿ ਕੇ ਜੋ ਸੋਚ ਦਿੱਤੀ ਹੈ ਜੋ ਪੰਜਵਾਂ ਤੱਤ ਬੁੱਧੀ ਦਾ ਦਿੱਤਾ ਆਕਾਸ਼ ਤੱਤ ਉਹਦੀ ਵਰਤੋਂ ਕਰਕੇ ਉਹ ਇਸ ਜੀਵਨ ਦੇ ਵਿੱਚ ਹੰਕਾਰ ਨੂੰ ਛੱਡ ਕੇ ਇਸ ਦੇਹੀ ਦੇ ਮਾਰ ਨੂੰ ਛੱਡ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲ ਨੂੰ ਆਪਣਾ ਧਿਆਨ ਜੋੜਦਾ ਕਿਉਂਕਿ ਧਿਆਨ ਤਾਂ ਉਹਦਾ ਇਸੇ ਸਰੀਰ ਤੱਕ ਹੀ ਸੀਮਿਤ ਰਿਹਾ ਤੇ ਹੁਣ ਜਦੋਂ ਖਤਮ ਹੋ ਜਾਊਗਾ ਸਰੀਰ ਜਦੋਂ ਇਹਦੇ ਵਿੱਚੋਂ ਉਹ ਜਿਹੜੀ ਅਸਲੀ ਪਾਵਰ ਹੈ ਜਿਹੜੀ ਸ਼ਕਤੀ ਨਿਕਲ ਜਾਊਗੀ ਹੁਣ ਇਹਦਾ ਕੋਈ ਪਤਾ ਨਹੀਂ ਹੁਣ ਅੱਗੇ ਜਾ ਕੇ ਸੱਪ ਬਣੂਗਾ ਸਲੂੰਢੀ ਬਣੂਗਾ ਜਾਂ ਕੀ ਇਹ ਕੁੱਤਾ ਬਣੂ ਜਾਂ ਸੂਰ ਬਣੂ ਬਿੰਸ ਗਿਆ ਜਾਏ ਕਹੂ ਸਮਾਨਾ ਕੋਈ ਪਸੰਦ ਹੈ ਉਹ ਐਸੀ ਕਰਕੇ ਇਸ ਸਰੀਰ ਦੇ ਵਿੱਚ ਰਹਿੰਦੇ ਹੋਏ ਉਸ ਕਾਲਪੁਰਖ ਵਹਿਗੁਰੂ ਪਰਮੇਸ਼ਰ ਨੂੰ ਜਪਦਾ ਹੋਇਆ ਸਮਝਦਾ ਹੋਇਆ ਵਿਚਾਰਦਾ ਹੋਇਆ ਉਹਦਾ ਰੂਪ ਬਣ ਜਾਵੇ ਕਹਿ ਰਬਦਾਸ RAM RANG RATA ਇਸ ਸਰੀਰ ਦਾ ਉਹ ਇਹ ਫਾਇਦਾ ਠਾਵੇ ਕਿ ਉਹਦੇ ਗਿਆਨ ਦੇ ਵਿੱਚ ਆਪਣੇ ਆਪ ਨੂੰ ਰੰਗ ਲਵੇ ਫਿਰ ਫਿਰ ਉਹ ਕਿੱਥੇ ਜਾਊ ਫਿਰ ਇਹ ਪੱਕਾ ਹੈ ਕਿ ਉਹਦੇ ਚਰਨਾ ਵਿੱਚ ਚਲਿਆ ਜਾਊਗਾ ਉਹ ਜਿਸ ਬੇਗੰਪੁਰੇ ਦਾ ਵਾਸੀ ਸਤਗੁਰੂ ਰਵਦਾਸ ਜੀ ਨੇ ਉਸੇ ਹੀ ਬੇਗੰਪੁਰੇ ਦਾ ਇਹ ਵੀ ਵਾਸੀ ਹੋ ਜਾਊਗਾ ਤੋਂ ਇਸ ਕਰਕੇ ਜਿਵੇਂ ਸਤਗੁਰੂ ਰਵਦਾਸ ਜੀ ਮਹਾਰਾਜ ਜੀ ਨੇ ਕਿਹਾ ਕਿ ਬੇਗੰਪੁਰਾ ਸ਼ਹਿਰ ਕੋ ਨਾ ਉਹ ਜੋ ਬੇਗੰਪੁਰਾ ਸ਼ਹਿਰ ਹੈ ਜਿੱਥੇ ਸੁੱਖ ਹੀ ਸੁੱਖ ਹੈ ਕੋਈ ਧੋਖਾ ਹੈ ਹੀ ਨਹੀਂ ਉਥੇ ਇਹਦਾ ਵੀ ਵਾਸਾ ਹੋ ਸਕਦਾ ਹੈ ਜਿਸ ਸ਼ਹਿਰ ਦਾ ਵਾਸੀ ਸਤਿਗੁਰੂ ਦਾਸ ਜੀ ਮਹਾਰਾਜ ਹਨ ਉਸੇ ਸ਼ਹਿਰ ਦਾ ਵਾਸੀ ਇਹ ਵੀ ਹੋ ਸਕਦਾ ਹੈ ਤੇ ਨਹੀਂ ਤਾਂ ਫਿਰ ਬਿੰਸ ਗਿਆ ਜਾਇ ਕਹੂੰ ਸਮਾਨ ਕੋਈ ਪਤਾ ਨਹੀਂ ਕਿੱਥੇ ਜਾ ਕੇ ਇਹਨੇ ਗਿਰ ਕੇ ਗਿਰ ਜਾਣਾ ਹੈ ਇਹਨੇ ਕਿਹੜੇ ਜਗ੍ਹਾ ਤੇ ਜਾ ਕੇ ਦਾ ਟਿਕਾਣਾ ਹੋਣਾ ਹੈ ਇਹ ਕੋਈ ਨਹੀਂ ਜਾਣਦਾ ਹੈ ਕਹਿ ਰਵਿਦਾਸ ਬਾਜੀ ਜਗ ਭਾਈ ਬਾਜੀ ਘਰ ਸੋਂ ਮੋਹੇ ਪ੍ਰੀਤ ਬਣ ਆਈ ਸਤਿਗੁਰੂ ਦਾ ਜੀ ਮਹਾਰਾਜ ਅਸਲ ਵਿੱਚ ਇਹ ਜੋ ਸ਼ਬਦ ਹੈ ਇਹ ਇਹ ਸਾਡਾ ਜਿਹੜਾ ਇਹ ਸੰਸਾਰ ਦੇ ਨਾਲ ਸਾਡਾ ਮੋਹ ਜੁੜਿਆ ਹੋਇਆ ਹੈ ਜਿਹੜਾ ਪਿਆਰ ਹੈ ਜੋ ਅਸੀਂ ਇਹਦੇ ਵਿੱਚ ਉਲਝੇ ਹੋਏ ਆ ਉਹਦਾ ਗਿਆਨ ਕਰਵਾ ਰਹੇ ਨੇ ਕਿ ਭਾਈ ਇਹ ਤਾਂ ਇਹ ਜੋ ਸੰਸਾਰ ਹੈ ਇਹ ਇੱਕ ਬਾਜੀ ਪੈ ਰਹੀ ਆ ਬਾਜੀ ਭਾਵ ਖੇਡ ਤਮਾਸ਼ਾ ਹੋ ਰਿਹਾ ਹੈ ਉਹ ਕਾਲਪੁਰਖ ਵਹਿਗਰੂ ਪਰਮੇਸ਼ਰ ਦਾ ਇਹ ਖੇਲ ਹੈ ਤਮਾਸ਼ਾ ਹੈ ਇਹ ਬਾਜੀ ਹੈ ਉਹਦੀ ਕਹਿਰ ਬਦਾਸ ਬਾਜੀ ਜਗ ਭਾਈ ਇਹਨੂੰ ਤੂੰ ਤਮਾਸ਼ਾ ਕਰਕੇ ਹੀ ਦੇਖ ਇਹਨੂੰ ਤਮਾਸ਼ਾ ਇਹਨੂੰ ਅਸਲੀਅਤ ਨਾ ਸਮਝ ਕਿਉਂਕਿ ਇੱਕ ਦਿਨ ਤੇਰੇ ਕੋਲੋਂ ਇਹ ਵਿਣਸ ਜਾਣਾ ਹੈ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਆ ਜਗਤ ਤਮਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਕਿ ਮੈਂ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦਾ ਦਾਸ ਹਾਂ ਮੈਂ ਤਾਂ ਇਹ ਜਗ ਨੂੰ ਤਮਾਸ਼ਾ ਸਮਝਦਾ ਮੈਂ ਇਹ ਤਮਾਸ਼ਾ ਦੇਖ ਰਿਹਾ ਹਾਂ ਇੱਥੇ ਸਤਿਗੁਰੂ ਉਦਾਸ ਜੀ ਮਹਾਰਾਜ ਜੀ ਵੀ ਕਹਿ ਰਹੇ ਨੇ ਉਹੀ ਗੱਲ ਉਹੀ ਜਿਹੜੀ ਵਿਚਾਰ ਹੈ ਸਤਿਗੁਰੂ ਉਦਾਸ ਜੀ ਮਹਾਰਾਜ ਜੀ ਵਿਚਾਰਦੇ ਹੀ ਪ੍ਰੋੜਤਾ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਕਿ ਮੈਂ ਹੂੰ ਪਰਮਪੁਰਖ ਦਾ ਦਾਸਾ ਦੇਖਣ ਆਇਆ ਜਗਤ ਤਮਾਸ਼ਾ ਤੇ ਇੱਥੇ ਸਤਿਗੁਰੂ ਉਦਾਸ ਜੀ ਮਹਾਰਾਜ ਕਹਿ ਰਹੇ ਨੇ ਕਾਇਰ ਬਦਾਸ ਬਾਜੀ ਜਗ ਭਾਈ ਕਿ ਇਹ ਭਾਈ ਸੰਸਾਰ ਦੇ ਲੋਕੋ ਇਹ ਤਾਂ ਇੱਕ ਤਮਾਸ਼ਾ ਚੱਲ ਰਿਹਾ ਹੈ ਇਹ ਇੱਕ ਖੇਡ ਹੈ ਉਸ ਕਰਤੇ ਦੀ ਉਹਦੀ ਖੇਡ ਹੈ ਉਹ ਖੇਡ ਰਿਹਾ ਹੈ ਦੇਖ ਰਿਹਾ ਹੈ ਖੇਡ ਨੂੰ ਉਹ ਬਾਹਰ ਰਹਿ ਕੇ ਦੇਖ ਰਿਹਾ ਹੈ ਖੇਡ ਇਸ ਖੇਲ ਨੂੰ ਤਮਾਸ਼ੇ ਨੂੰ ਦੇਖ ਰਿਹਾ ਹੈ ਕੈ ਰਬਦਾਸ ਬਾਜੀ ਜਗ ਪਾਈ ਬਾਜੀ ਗਰਸੋਂ ਮੋਹੇ ਪ੍ਰੀਤ ਬਣ ਆਈ ਮੇਰੀ ਜਿਹੜੀ ਪ੍ਰੀਤ ਹੈ ਮੇਰਾ ਜਿਹੜਾ ਪਿਆਰ ਹੈ ਇਹ ਤਮਾਸ਼ੇ ਨਾਲ ਨਹੀਂ ਹੈ ਮੈਂ ਇਹ ਜੋ ਨਾਟਕ ਚੱਲ ਰਿਹਾ ਹੈ ਇਹ ਜੋ ਖੇਲ ਚੱਲ ਰਿਹਾ ਹੈ ਮੈਂ ਇਹਦਾ ਪਾਰਟ ਨਹੀਂ ਹਾਂ ਮੈਂ ਦਰਸ਼ਕ ਹਾਂ ਇੱਕ ਹੁੰਦਾ ਬਈ ਆਪਾਂ ਨਾਟਕ ਦੇਖਦੇ ਆਂ ਇੱਕ ਉਹਦੇ ਵਿੱਚ ਕੰਮ ਕਰਨ ਵਾਲੇ ਹੁੰਦੇ ਨੇ ਇੱਕ ਉਹ ਉਹਨੂੰ ਦੇਖਣ ਵਾਲੇ ਹੁੰਦੇ ਨੇ ਸੋ ਸਤਿਗੁਰੂ ਦਾਸ ਜੀ ਰਬਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਬਾਜੀ ਗਰਸੋਂ 모ਹੇ ਪ੍ਰੀਤ ਬਣ ਆਈ ਮੇਰਾ ਜਿਹੜਾ ਪਿਆਰ ਹੈ ਜਿਹੜੀ ਮੇਰੀ ਪ੍ਰੀਤ ਹੈ ਜੋ ਜੋ ਜਿਸ ਨੇ ਇਹ ਬਾਜੀ ਬਣਾਈ ਹੈ ਜਿਸ ਦਾ ਇਹ ਖੇਲ ਤਮਾਸ਼ਾ ਹੈ ਜਿਸ ਜਿਸ ਨੇ ਇਹ ਖੇਲ ਤਮਾਸ਼ਾ ਬਣਾਇਆ ਹੈ ਮੇਰੀ ਪ੍ਰੀਤ ਮੇਰਾ ਪਿਆਰ ਉਹਦੇ ਨਾਲ ਹੈ ਨਾ ਕਿ ਇਸ ਖੇਲ ਤਮਾਸ਼ੇ ਦੇ ਨਾਲ ਇਹਨੂੰ ਤਾਂ ਸਿਰਫ ਮੈਂ ਦੇਖ ਰਿਹਾ ਹਾਂ ਇਹ ਮੈਂ ਦਰਸ਼ਕ ਹਾਂ ਇਹਦੇ ਵਿੱਚ ਮੈਂ ਉਲਝਿਆ ਹੋਇਆ ਨਹੀਂ ਹੈ ਮੈਂ ਇਹਦਾ ਪਾਰਟ ਨਹੀਂ ਹਾਂ ਮੈਂ ਇਹਦਾ ਹਿੱਸਾ ਨਹੀਂ ਹਾਂ ਆਪਣੀ ਮਨ ਨੂੰ ਸੋਚ ਮਨ ਦੀ ਸੋਚ ਨੂੰ ਮੈਂ ਇਹ ਤੋਂ ਬਾਹਰ ਰੱਖਿਆ ਹੋਇਆ ਹਾਂ ਕਹਾਰ ਬਦਾਸ ਬਾਜੀ ਜਗ ਭਾਈ ਬਾਜੀ ਘਰ ਸੋਂ ਮੋਹੇ ਪ੍ਰੀਤ ਬਣਾਈ ਇਹ ਦੇਖਦੇ ਦੇਖਦੇ ਹੋਏ ਇਹ ਤਮਾਸ਼ਾ ਦੇਖਦੇ ਦੇਖਦੇ ਹੋਏ ਹੋਏ ਮੈਂ ਮੇਰੀ ਜਿਹੜੀ ਪ੍ਰੀਤ ਹੈ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਗਈ ਹੈ ਕਿਉਂਕਿ ਜਦੋਂ ਮਨੁੱਖ ਇਸ ਚੀਜ਼ ਨੂੰ ਤਮਾਸ਼ਾ ਸਮਝੂ ਆ ਜੋ ਸਾਨੂੰ ਦਿਸਦਾ ਸੰਸਾਰ ਹੈ ਜਿਹਦੇ ਵਿੱਚ ਅਸੀਂ ਜੀ ਰਹੇ ਹਾਂ ਤਾ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਨਾਹੀ ਦੀ ਉਹਦੀ ਪ੍ਰੀਤ ਬਣਨੀ ਆ ਜੇ ਉਹ ਨਹੀਂ ਇਹਨੂੰ ਤਮਾਸਾ ਅਸਲੀਅਤ ਸਮਝਦਾ ਫਿਰ ਉਹ ਰੱਬ ਨੂੰ ਭੁੱਲਿਆ ਹੋਇਆ ਹਾ ਫਿਰ ਉਹਦਾ ਰੱਬ ਵੱਲ ਕੋਈ ਖਿਆਲ ਨਹੀਂ ਉਹਦਾ ਖਿਆਲ ਸਿਰਫ ਇਧਰੇ ਆ ਰਸ कसे ਲੁਭਾਨਾ ਇਹਨਾਂ ਰਸਾਂ ਕਸਾਂ ਦੇ ਵਿੱਚ ਹੀ ਉਲਝਿਆ ਹੋਇਆ ਹੈ ਤੋ ਇਸ ਕਰਕੇ ਜੇਕਰ ਰਸਾਂ ਕਸਾਂ ਤੋਂ ਅਸੀਂ ਬਚਣਾ ਜਿਵੇਂ ਅੱਜ ਅਸੀਂ ਕਹਿੰਦੇ ਆਂ ਬਈ ਨਸ਼ੇੜੀ ਹੋ ਗਏ ਜੀ ਕੋਈ ਚਿੱਟਾ ਖਾ ਰਿਹਾ ਪੀ ਰਿਹਾ ਕੋਈ ਕਿਸ ਕੋਈ ਕਿਸੇ ਕਿਸਮ ਦਾ ਨਸ਼ੇ ਤੇ ਲੱਗੇ ਨੌਜਵਾਨ ਪੀੜੀ ਆਮ ਤੌਰ ਤੇ ਸਰਕਾਰ ਦਾ ਇਹ ਸਾਰਾ ਜੋਰ ਲੱਗਿਆ ਹੋਇਆ ਜਗਾ ਜਗਾ ਤੇ ਉਹਨਾਂ ਨੇ ਕੈਂਪ ਖੋਲੇ ਹੋਏ ਨਸ਼ਾ ਛਡਾਊ ਕੇਂਦਰ ਹੋਰ ਪੁਲਿਸ ਰਾਹੀਂ ਜਬਰੀ ਛਡਾਏ ਜਾ ਰਹੇ ਨੇ ਨਸ਼ੇ ਲੇਕਿਨ ਜੇਕਰ ਇੱਥੇ ਸਤਗੁਰੂ ਅਰਦਾਸ ਜੀ ਮਹਾਰਾਜ ਜੀ ਦੀ ਥਿਉਰੀ ਨੂੰ ਸਮਝ ਲਿਆ ਜਾਵੇ ਤਾਂ ਸਭ ਤੋਂ ਵੱਡਾ ਨਸ਼ਾ ਛਡਾਊ ਕੇਂਦਰ ਇਹ ਗੁਰਬਾਣੀ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਨੇ ਮਨੁੱਖ ਦੀ ਸੋਚ ਨੂੰ ਇੰਨੀ ਉੱਚੀ ਕਰ ਦੋ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਜਾਵੇ। ਇਹੀ ਇੱਕ ਢੰਗ ਤਰੀਕਾ ਹੋਰ ਕੋਈ ਨਹੀਂ ਹੈ। ਅਸੀਂ ਜਿੰਨਾ ਚਿਰ ਨੌਜਵਾਨ ਪੀੜੀ ਨੂੰ ਗੁਰਬਾਣੀ ਨਾਲ ਨਹੀਂ ਜੋੜਦੇ। ਗੁਰਬਾਣੀ ਦੇ ਗਿਆਨ ਨਾਲ ਨਹੀਂ ਜੋੜਦੇ ਉਪਦੇਸ਼ ਦੇ ਨਾਲ ਨਹੀਂ ਜੋੜਦੇ ਸਿੱਖਿਆ ਨਾਲ ਨਹੀਂ ਜੋੜਦੇ ਉਨਾ ਚਿਰ ਦੁਨੀਆ ਦੇ ਵਿੱਚ ਉਹ ਨਸ਼ਾ ਖਤਮ ਨਹੀਂ ਹੋ ਸਕਦਾ ਚੱਲਦਾ ਰਹੂਗਾ। ਇਸ ਕਰਕੇ ਜੇਕਰ ਅਸੀਂ ਚਾਹੁੰਦੇ ਆ ਵੀ ਸਮਾਜ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇ ਕਿਉਂਕਿ ਨਸ਼ਾ ਜਿਹੜਾ ਨਸ਼ਾ ਮਨ ਦੀ ਗੇਮ ਆ ਮਨ ਤੱਕ ਅਸਰ ਕਰਦਾ ਹੈ ਲੇਕਿਨ ਮਨ ਤੋਂ ਅੱਗੇ ਅਕਾਲ ਪੁਰਖ ਵੈਗਰੂ ਪਰਮੇਸ਼ਰ ਤਾਹਾਂ ਵਾ ਜਦੋਂ ਸੁਰਤ ਮਨ ਤੋਂ ਪਾਰ ਹੋ ਕੇ ਬਾਣੀ ਦੇ ਰਾਹੀ ਗੁਰੂ ਦੇ ਉਪਦੇਸ਼ ਦੇ ਰਾਹੀ ਉਹ ਉੱਪਰਲੇ ਅਕਾਲ ਪੁਰਖ ਵੈਗਰੂ ਪਰਮੇਸ਼ਰ ਦੇ ਨਾਲ ਜੁੜ ਜਾਊਗੀ ਇਹ ਥੱਲੇ ਰਹਿ ਜਾਊਗਾ ਜਿਹੜੀ ਮਨ ਦੀ ਖੇਡ ਆ ਨਸ਼ਿਆਂ ਦੀ ਖੇਡ ਆ ਇਹ ਥੱਲੇ ਰਹਿ ਜਾਊਗੀ ਕਿਉਂਕਿ ਜੋ ਸਾਨੂੰ ਗਿਆਨ ਦੇ ਵਿੱਚੋਂ ਨਸ਼ਾ ਆਉਣਾ ਹੈ ਨਾ ਸਭ ਤੋਂ ਉੱਚਾ ਗਿਆਨ ਨਸ਼ਾ ਗਿਆਨ ਦਾ ਨਸ਼ਾ ਜਿਹਨੂੰ ਗਿਆਨ ਦਾ ਨਸ਼ਾ ਹੋ ਜਾਂਦਾ ਇਹ ਸਾਰੇ ਨਸ਼ੇ ਛੱਡ ਜਾਂਦਾ ਉਹ ਇਹਨਾਂ ਸਾਰਿਆਂ ਨਸ਼ਿਆਂ ਦਾ ਤਿਆਗ ਕਰ ਦਿੱਤਾ ਹੈ ਕਿਉਂਕਿ ਸੁਰਤ ਹੈ ਜਿਹੜੀ ਉਹ ਮਨ ਤੋਂ ਕਾਫੀ ਗਹਾ ਚਲੀ ਗਈ ਹੈ ਉੱਪਰ ਚਲੀ ਗਈ ਹੈ ਜਿਹੜਾ ਨਸ਼ਿਆਂ ਦਾ ਵਰਤਾਰਾ ਉਹ ਮਨ ਤੱਕ ਆ ਉਹ ਬਹੁਤ ਥੱਲੇ ਰਹਿ ਜਾਂਦਾ ਹੈ ਤੋ ਇਸ ਕਰਕੇ ਉਹ ਜਿਹੜੀ ਉੱਪਰਲੀ ਵਸਤਾ ਵਿੱਚ ਜਾ ਕੇ ਜੋ ਲਤਫ ਜੋ ਆਨੰਦ ਜਿਹਨੂੰ ਕਹਿੰਦਾ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਦੋਂ ਉਹ ਮਿਲ ਜਾਂਦਾ ਹੈ ਫਿਰ ਆ ਜਿਹੜੇ ਸੰਸਾਰੀ ਨਸ਼ੇ ਨੇ ਇਹ ਆਪਣੇ ਆਪ ਹੀ ਛੁੱਟ ਜਾਂਦੇ ਨੇ ਇਸ ਕਰਕੇ ਜੇ ਅਸੀਂ ਨੌਜਵਾਨ ਪੀੜ੍ਹੀ ਨੂੰ ਆਪਣੇ ਸਮਾਜ ਦੇ ਆਪਣੇ ਧੀਆਂ ਪੁੱਤਰਾਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜ ਦੋ ਗੁਰੂ ਦੀ ਸਿੱਖਿਆ ਦੇ ਨਾਲ ਜੋੜੋ ਗੁਰੂ ਗ੍ਰੰਥ ਸਾਹਿਬ ਦੀ ਜੋ ਸਿੱਖਿਆ ਜੋ ਗਿਆਨ ਹੈ ਇਹ ਗਿਆਨ ਇੰਨਾ ਪਰਵਲ ਹੈ ਇਹ ਇੰਨਾ ਮਜ਼ਬੂਤ ਹੈ ਇਹ ਜਦੋਂ ਇਹਦੇ ਇਹਦਾ ਨਸ਼ਾ ਹੋਣ ਲੱਗ ਜਾਂਦਾ ਤਾਂ ਬਾਕੀ ਨਸ਼ੇ ਆਪਣੇ ਆਪ ਹੀ ਛੁੱਟ ਜਾਂਦੇ ਨੇ ਕਿਉਂਕਿ ਡਾਕਟਰ ਭੀਮਰਾਓ ਵੇਟਕਰ ਜੀ ਨੇ ਵੀ ਕਿਹਾ ਹੈ ਕਿ ਜਿਹੜਾ ਗਿਆਨ ਹੈ ਨਾ ਇਹ ਸ਼ੇਰਨੀ ਦਾ ਦੁੱਧ ਹੈ ਜਿਹੜਾ ਪੀਊਗਾ ਉਹ ਦੁਹਾੜੂਗਾ ਤਾਂ ਇਸ ਕਰਕੇ ਆ ਗਿਆਨ ਰੂਪੀ ਜਿਹੜਾ ਦੁੱਧ ਹੈ ਜਿਹੜਾ ਨਸ਼ਾ ਹੈ ਜਿਹਨੂੰ ਇਹ ਲੱਗ ਜੂ ਜੇ ਇਹ ਅਸੀਂ ਲਾ ਲੀਏ ਤਾਂ ਜਿਹੜੇ ਬਾਕੀ ਨਸ਼ਿਆਂ ਤੋਂ ਆਪਣੇ ਆਪ ਬੱਚੇ ਬਚੇ ਜਾਣਗੇ ਪਰ ਅਸੀਂ ਕੀ ਦੇਖਦੇ ਆ ਗੁਰਦੁਆਰੇ ਕਿੰਨੇ ਅਸੀਂ ਪੈਸੇ ਖਰਚ ਦਿੰਨੇ ਆ ਵੱਡੇ ਵੱਡੀਆਂ ਇਮਾਰਤਾਂ ਬਣਾਉਨੇ ਆ ਸੋਨੇ ਦੇ ਕਲਸ ਲਾ ਦਿੰਨੇ ਆ ਵੱਡੇ ਵੱਡੇ ਗੁੰਬਦ ਲਾ ਦਿੰਨੇ ਆ ਲੇਕਿਨ ਇੱਕ ਲਾਇਬ੍ਰੇਰੀ ਨਹੀਂ ਖੋਲ ਸਕਦੇ ਹੈਗੇ ਲਾਇਬ੍ਰੇਰੀ ਕਿਤੇ ਵੀ ਨਹੀਂ ਹੈ ਜਦੋਂ ਕਿ ਲਾਇਬ੍ਰੇਰੀਆਂ ਜੇ ਹੋਣ ਪਿੰਡਾਂ ਦੇ ਵਿੱਚ ਬੱਚੇ ਉੱਥੇ ਜਾ ਕੇ ਪੜਨ ਅਖਬਾਰ ਰੱਖੇ ਆਉਣ ਉੱਥੇ ਰਜਾਨਾ ਹੋਰ ਜੋ ਰਸਾਲੇ ਜਾਂ ਹੋਰ ਕਿਤਾਬਾਂ ਜਿਹੜੀਆਂ ਸਾਨੂੰ ਗੁਰੂ ਦੇ ਗਿਆਨ ਦੇ ਨਾਲ ਜੋੜਨ ਸਾਡੇ ਅੰਦਰ ਗਿਆਨ ਪੈਦਾ ਗਿਆਨ ਦਾ ਚਸਕਾ ਪੈਦਾ ਕਰਨ ਤਾਂ ਬਾਕੀ ਚਸਕੇ ਤਾਂ ਆਪਣੇ ਆਪ ਖਤਮ ਹੋ ਜਾਣਗੇ ਅਸੀਂ ਇਸ ਪਾਸੇ ਧਿਆਨ ਹੀ ਨਹੀਂ ਦਿੰਦੇ ਅਸੀਂ ਗੁਰਦੁਆਰਿਆਂ ਨੂੰ ਸਿਰਫ ਮੱਥਾ ਟੇਕਣ ਦਾ ਇੱਕ ਕੇਂਦਰ ਬਣਾਇਆ ਹੋਇਆ ਸਾਧਨ ਬਣਾਇਆ ਬਣਾਇਆ ਹੋਇਆ ਜਾਂ ਐਂ ਕਹਿ ਦਈਏ ਵੀ ਪੈਸੇ ਇਕੱਠੇ ਕਰਨ ਦਾ ਬਸ ਬਣਾਇਆ ਹੋਇਆ ਜਰੀਆ ਹੋਰ ਕੁਝ ਨਹੀਂ ਹੈ ਸੋ ਇਸ ਕਰਕੇ ਜੇਕਰ ਅਸੀਂ ਸਮਾਜ ਦੇ ਵਿੱਚ ਸਮਾਜ ਨੂੰ ਨਸ਼ਾ ਰਹਿਤ ਬਣਾਉਣਾ ਚਾਹੁੰਦੇ ਆ ਤਾਂ ਸਾਨੂੰ ਸਾਡੀ ਜਿਹੜੀ ਪੀੜ੍ਹੀ ਹੈ ਜੋ ਬੱਚੇ ਹਨ ਨੌਜਵਾਨ ਪੀੜ੍ਹੀ ਆ ਉਹਨੂੰ ਗਿਆਨ ਰੂਪੀ ਨਸ਼ਾ ਦੇਣਾ ਪਊਗਾ ਤਾਂ ਇਹ ਸਾਰੇ ਨਸ਼ੇ ਛੱਡ ਦਊਗਾ ਕਿਉਂਕਿ ਜੇ ਆਪਾਂ ਬੱਚੇ ਨੂੰ ਮਿੱਟੀ ਖਾਣ ਤੋਂ ਹਟਾਉਣਾ ਤਾਂ ਉਹਨੂੰ ਕੋਈ ਹੋਰ ਗੋਲੀ ਜਾਂ ਕੁਝ ਦੇਣਾ ਪਊਗਾ ਟੌਫੀ ਦੇਣੀ ਪਊਗੀ ਤਾਂ ਉਹ ਮਿੱਟੀ ਛੱਡੂਗਾ ਅਸੀਂ ਉਹਨੂੰ ਬਕਲਬ ਕੋਈ ਦਿੰਦੇ ਨਹੀਂ ਨੌਜਵਾਨ ਪੀੜ੍ਹੀ ਨੂੰ ਤੋ ਇਸ ਕਰਕੇ ਉਹ ਫਿਰ ਨਸ਼ਿਆਂ ਦੇ ਨਸ਼ੇ ਉਹਦੇ ਕੋਲੋਂ ਨਹੀਂ ਛੁੱਟਦੇ ਉਹਦਾ ਬਕਲ ਪਈ ਹੀ ਹੈ ਗੁਰੂ ਦਾ ਗਿਆਨ ਗੁਰੂ ਦੀ ਬਾਣੀ ਇਹ ਸੁਰਤ ਨੂੰ ਇੰਨਾ ਉੱਚਾ ਲੈ ਜਾਂਦੀ ਆ ਕਿ ਨਸ਼ੇ ਉਹਦੇ ਤਾਂ ਫਿਰ ਆਪਣੇ ਆਪ ਹੀ ਡਿੱਗ ਜਾਂਦੇ ਨੇ ਥੱਲੇ ਤੋ ਇਸ ਕਰਕੇ ਅੱਜ ਦੇ ਸਬਦ ਦੇ ਵਿੱਚ ਸਤਿਗੁਰੂ ਰਾਜ ਜੀ ਮਹਾਰਾਜ ਜੀ ਨੇ ਕਿਹਾ ਸਮਝਾਇਆ ਹੀ ਆ ਇਹ ਗੱਲ ਕਿ ਬਾਜੀ ਗਰਸੋਂ 모ਹੇ ਪ੍ਰੀਤ ਬਣ ਆਈ ਮੇਰੀ ਪ੍ਰੀਤ ਜਦੋਂ ਮੈਂ ਇਹ ਸਾਰੇ ਵਰਤਾਰੇ ਨੂੰ ਸਮਝ ਲਿਆ ਤਾਂ ਮੇਰਾ ਪਿਆਰ ਉਹਦੇ ਨਾਲ ਪੈ ਗਿਆ ਜੋ ਬਾਜੀਗਰ ਹੈ ਜੋ ਇਸ ਜੋ ਜਿਸ ਨੇ ਖੇਡ ਰਚਾਈ ਹੋਈ ਹੈ ਮੇਰਾ ਪਿਆਰ ਹੁਣ ਉਹਦੇ ਨਾਲ ਪੈ ਗਿਆ ਹੈ ਤੋ ਇਹ ਸ਼ਬਦ ਦੀ ਵਿਚਾਰ ਕਰਦੇ ਹੋਏ ਪੁੱਲਾ ਚੋਕਾਂ ਦੀ ਮਾਫੀ ਚਾਹੁੰਦਾ ਵਾ ਮੈਂ ਰਜਾ ਲੈਣਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ